ਅੱਜ ਸਾਡੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਕੁਛ ਤਾਂ ਸਾਡੇ ਰੂਟੀਨ ਦੇ ਮੈਟਰ ਹੁੰਦੇ ਨੇ ਜਾਂ ਖਰਚੇ ਹੁੰਦੇ ਨੇ ਉਹ ਸਾਰੇ ਪਾਸ ਕੀਤੇ ਗਏ ਨੇ। ਦੂਸਰਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰੇ ਪ੍ਰਬੰਧ ਕਮੇਟੀ ਵੱਲੋਂ ਜੋ ਮਨਾਇਆ ਜਾਏ ਪ੍ਰਬੰਧ ਕੀਤੇ ਗਏ ਨੇ, ਉਹਨਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਉਹਨਾਂ ਸਾਰੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਜੋ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਉਹ ਪਾਵਨ ਧਰਤੀ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਗੁਰੂ ਨਾਨਕ ਸਾਹਿਬ ਲੰਮਾ ਸਮਾਂ ਆਪਣੇ ਜੀਵਨ ਦਾ ਗੁਜ਼ਾਰਿਆ ਉੱਥੇ ਸਾਰੇ ਪ੍ਰੋਗਰਾਮ ਕੀਤੇ ਨੇ ਸਾਰਿਆਂ ਨੇ ਬੈਠ ਕੇ, ਔਰ ਜਿੰਨੇ ਜ਼ਿੰਮੇਵਾਰੀਆਂ ਸੰਭਾਲੀਆਂ ਨੇ ਸਾਰਿਆਂ ਨੇ ਤੋ ਉਹਨਾਂ ਵਾਸਤੇ ਹੈ। ਔਰ ਇੱਕ ਹੈ ਕਿ ਸਾਡਾ 27 ਨਵੰਬਰ ਨੂੰ ਜੋ ਜਨਰਲ ਇਜਲਾਸ ਹੋਣਾ ਹੈ ਜਿਹਦੇ ਵਿੱਚ ਸਾਰੇ ਅਹੁਦੇਦਾਰਾਂ ਦੀ ਚੋਣ ਵੀ ਹੋਣੀ ਹੈ ਪ੍ਰਧਾਨ ਦੀ ਬਾਕੀ ਅਹੁਦੇਦਾਰਾਂ ਦੀ, ਉਹ 27 ਤਰੀਕ ਨੂੰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ। ਬਾਕੀ ਕੋਈ ਹੋਰ ਤੁਸੀਂ ਸਰ ਅੱਜ ਉਹ ਵੀ ਸਾਰੇ ਸਾਰੀ ਅੰਤਰ ਕਮੇਟੀ ਦੇ ਸ਼ਾਮ ਵਿੱਚ ਆ ਕੇ ਉਹਨਾਂ ਨੇ ਸਾਰੀ ਅੰਤਰ ਕਮੇਟੀ ਤੋਂ ਸਾਰੇ ਅਹੁਦੇਦਾਰ ਕੁਮਾਰਾ ਸਵਾਮੀ ਜਿਹੜਾ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਖਬਾਰ ਦੇ ਵਿੱਚ ਬਹੁਤ ਭੱਦੀ ਜਿਹੜੀ ਸਿੱਖ ਅਨੁਭਾਵਨਾ ਨੂੰ ਹੇਠ ਪਹੁੰਚਿਆ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ, ਜਿਹਦੇ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ। ਸੋ ਅੱਜ ਉਹਨਾਂ ਕੁਮਾਰ ਜਿਹੜਾ ਸਵਾਮੀ ਆ ਉਹਨਾਂ ਦਾ ਉਹਦੇ ਵੱਲੋਂ ਆਪਣੇ ਪ੍ਰਤੀਨਿਧ ਜਿਹੜੇ ਸੀ ਉਹ ਭੇਜੇ ਗਏ ਸੀ, ਜਿਨ੍ਹਾਂ ਨੇ ਸਾਰੇ ਹੀ ਸਾਡੀ ਜਿਹੜੀ ਅੰਤਰ ਕਮੇਟੀ ਆ ਉਹ ਤੋਂ ਮਾਫ਼ੀ ਵੀ ਮੰਗੀ ਹੈ, ਲਿਖਤੀ ਮਾਫ਼ੀ ਵੀ ਮੰਗੀ ਹੈ। ਸੋ ਅੱਜ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਬੱਜਰ ਸਾਥੋਂ ਗਲਤੀ ਹੋਈ ਹੈ, ਅੱਗੇ ਤੋਂ ਐਸੀ ਗਲਤੀ ਅਸੀਂ ਨਹੀਂ ਕਰਾਂਗੇ। ਉਹਨਾਂ ਨੇ ਲਿਖਤੀ ਮਾਫ਼ੀ ਮੰਗ ਲਈ। ਹਾਂ ਬਸ ਠੀਕ ਹੈ। ਦੇਖੋ ਮੈਂ ਸਮਝਦਾ ਕਿ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਇਹ ਸਾਰਾ ਮਾਮਲਾ ਗਿਆ ਸੀ, ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਆਦੇਸ਼ ਕਰੇਗਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੋ ਹੁਕਮ ਕਰਨਗੇ ਸਾਰੇ ਅਸੀਂ ਮੰਨਾਂਗੇ। ਸੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋ ਗਿਆ ਕਿ ਇੱਕੋ ਹੀ ਸਟੇਜ ਲੱਗੇਗੀ, ਉਹ ਸਟੇਜ ਗੁਰਦੁਆਰਾ ਬੇਰ ਸਾਹਿਬ ਦੀ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਈ ਜਾਏਗੀ, ਸਾਰੇ ਪ੍ਰਬੰਧ ਜਿਹੜੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ, ਔਰ ਉਹਦੀ ਸਰਪ੍ਰਸਤੀ ਜਿਹੜੀ ਹੈ ਸਿੰਘ ਸਾਹਿਬ ਕਰਨਗੇ। ਸੋ ਉਹਨਾਂ ਨੇ ਜੋ ਇਹ ਹੁਕਮ ਕੀਤਾ ਸੀ ਅਸੀਂ ਉਸਦੇ ਉਹਦੇ ਭਾਅ ਬੰਨਾਂਗੇ, ਔਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਵੀ ਉਸ ਹੁਕਮ ਤੋਂ ਭੱਜਣ ਨਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਹੁਕਮ ਦੀ ਪਾਲਣਾ ਕਰਨ, ਜੋ ਸਾਰੀ ਕੌਮ ਚਾਹੁੰਦੀ ਹੈ ਜੋ ਸਾਰੀ ਸਿੱਖ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਇੱਕੋ ਸਟੇਜ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਹੈ, ਧਾਰਮਿਕ ਜਥੇਬੰਦੀ ਹੈ, ਉਹ ਧਾਰਮਿਕ ਸਟੇਜ ਹੋਣੀ ਹੈ, ਉੱਥੇ ਕੋਈ ਐਸੀ ਗੱਲ ਨਹੀਂ ਹੋਣੀ। ਸੋ ਮੈਂ ਹੁਣ ਵੀ ਉਹਨਾਂ ਨੂੰ ਅਪੀਲ ਕਰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੁਕਮ ਮੰਨ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਵੱਲੋਂ ਲਾਈ ਜਾ ਰਹੀ ਹੈ ਸਟੇਜ 11 ਤੇ 12 ਨੂੰ ਉੱਥੇ ਆਉਣ। ਪ੍ਰਧਾਨ ਮੰਤਰੀ ਜੀ ਆ ਰਹੇ ਨੇ, ਦੇਖੋ ਉਹ 9 ਤਰੀਕ ਨੂੰ ਕਰਤਾਰਪੁਰ ਲਾਂਘੇ ਦਾ ਜਿਹੜਾ ਉਦਘਾਟਨ ਕਰਨ ਵਾਸਤੇ ਆ ਰਹੇ ਨੇ, ਉਹ ਗੁਰਦੁਆਰਾ ਬੇਰ ਸਾਹਿਬ ਵੀ ਆਉਣਗੇ, ਉੱਥੇ ਵੀ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਜੀ ਜਿਹੜੇ ਭਾਰਤ ਦੇ ਰਾਸ਼ਟਰਪਤੀ ਜੀ ਨੇ ਉਹ ਵੀ ਆ ਰਹੇ ਨੇ, ਉਹ 12 ਤਰੀਕ ਨੂੰ ਆ ਰਹੇ ਨੇ, ਅਤੇ 11 ਤਰੀਕ ਨੂੰ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਸਰਕਾਰ ਦੇ ਉਹ ਆ ਰਹੇ ਨੇ, ਬਹੁਤ ਸਾਰੇ ਸਾਡੇ ਮੁੱਖ ਮੰਤਰੀ ਨੇ ਵੱਖ ਵੱਖ ਸਟੇਟਾਂ ਦੇ ਉਹਨਾਂ ਨੇ ਵੀ ਆਉਣਾ, ਹੋਰ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਵੱਡੀਆਂ ਹਸਤੀਆਂ ਜਿਹੜੀਆਂ ਨੇ ਉਹ ਸਾਰੀਆਂ ਸ਼ਮੂਲੀਅਤ ਕਰ ਰਹੀਆਂ ਨੇ, ਇੱਕੋ ਸਟੇਜ 'ਤੇ ਸਾਰੇ ਆਉਣਗੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਟੇਜ ਲਾਈ ਜਾ ਰਹੀ ਹੈ। ਸੋ ਮੈਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਦਾ, ਜਿਹੜੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਨੇ 1 ਤਰੀਕ ਤੋਂ ਲਗਾਤਾਰ ਉਹ ਪ੍ਰੋਗਰਾਮ ਚੱਲ ਰਹੇ ਨੇ, 13 ਤਰੀਕ ਤੱਕ ਚੱਲਣਗੇ। ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਈਏ, ਔਰ ਉਹ ਪਾਵਨ ਧਰਤੀ ਸੁਲਤਾਨਪੁਰ ਲੋਧੀ ਵਿਖੇ ਆ ਕੇ ਨਤਮਸਤ ਹੋਈਏ ਔਰ ਆਪਣਾ ਜੀਵਨ ਸਫਲਾ ਕਰੀਏ।
ਸੋ ਕਿਉਂਕਿ ਉਹ ਤਾਂ ਉਹਨਾਂ ਨੇ ਦੇਖਣਾ ਜੀ, ਅਸੀਂ ਤਾਂ ਅਪੀਲ ਹੀ ਕੀਤਾ, ਅਸੀਂ ਤਾਂ ਉਹਨਾਂ ਨੂੰ ਹੁਕਮ ਮੰਨਣਾ ਚਾਹੀਦਾ, ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੋਇਆ ਸਾਰਿਆਂ ਨੂੰ ਮੰਨਣਾ ਚਾਹੀਦਾ। ਸੋ ਮੈਂ ਸਾਰੀ ਨਾਨਕ ਨਾਮ ਲਿਆ ਸੰਗਤ ਨੂੰ, ਸੰਸਾਰ ਵਿੱਚ ਵਸਣ ਵਾਲੀ ਸਾਰੀਆਂ ਸੰਗਤਾਂ ਨੂੰ, ਔਰ ਜਿਹੜੇ ਸਾਡੇ ਪ੍ਰੋਗਰਾਮ ਨੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ, ਉਹ ਆਰੰਭ ਹੋ ਚੁੱਕੇ ਨੇ 1 ਤਰੀਕ ਤੋਂ, ਔਰ ਸਾਰੀਆਂ ਸੰਗਤਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਪ੍ਰਧਾਨ ਜੀ, ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਦੀ ਗੱਲ ਸੁੱਤੀ ਹੈ ਸਰਕਾਰ ਨੇ, ਅਕਾਲ ਤਖਤ ਨੇ ਕਹਿ ਦਿੱਤਾ ਅਕਾਲ ਸੁੱਤੀ? ਮੈਨੂੰ ਨਹੀਂ ਸਮਝ ਆਉਂਦੀ ਕਿ ਉਹਨਾਂ ਨੇ ਅਕਾਲ ਤਖਤ ਦਾ ਜਦੋਂ ਆ ਗਿਆ ਫੈਸਲਾ ਅਕਾਲ ਤਖਤ ਨੇ ਦੇ ਤਾ, ਵਾਰ ਵਾਰ ਉਹਨਾਂ ਨੂੰ ਅਕਾਲ ਤਖਤ ਨੇ ਕਹਿ ਦਿੱਤਾ ਕਿ ਇੱਕੋ ਸਟੇਜ ਜਿਹੜੀ ਲੱਗਣੀ ਹੈ ਉੱਥੇ ਆਓ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਗੀ ਜਾਏਗੀ, ਔਰ ਸਰਪ੍ਰਸਤੀ ਅਕਾਲ ਤਖਤ ਸਾਹਿਬ ਦੀ ਹੋਈ ਹੋਵੇਗੀ, ਗੁਰਦੁਆਰਾ ਬੇਰ ਸਾਹਿਬ ਵੱਲੋਂ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਉਹ ਸਟੇਜ ਲਾਈ ਜਾਏਗੀ। ਅਕਾਲ ਤਖਤ ਨੇ ਕਿਹਾ ਤੁਹਾਡੇ ਵੱਲੋਂ ਤਾਲਮੇਲ ਨਹੀਂ ਕੀਤਾ ਜਾ ਰਿਹਾ, ਜਦੋਂ ਅਕਾਲ ਤਖਤ ਕੋਲ ਚੱਲਿਆ ਗਿਆ ਮਾਮਲਾ, ਉਹਨੂੰ ਅਕਾਲ ਤਖਤ ਦਾ ਹੁਕਮ ਸਾਨੂੰ ਮੰਨਣਾ ਚਾਹੀਦਾ।